ਬੋਕਰਤਾਲ ਵੀ ਰੜੀ ਜੜੀ ਧਰਨੇ ਤੇ ਬੈਨ ਦੀ ਗੱਲ ਕੀਤੀ ਗਈ ਸੀ ਆਪਣੀ ਔਰਤ ਕਮਿਊਨਿਟੀ ਲਈ ਜਿਹੜਾ 50% ਵੋਟ ਹੈ ਔਰਤਾਂ ਦਾ ਉਹਨਾਂ ਨੂੰ ਇੱਕ ਸਪੋਰਟ ਸਿਸਟਮ ਲਈ ਉਸ ਸਪੋਰਟ ਸਿਸਟਮ ਮੇਰਾ ਹਮੇਸ਼ਾ ਉਹਨਾਂ ਨਾਲ ਕਾਇਮ ਰਹੇਗਾ ਕਿ ਉਹਨਾਂ ਨਾਲ ਉਹਨਾਂ ਦੇ ਰਾਈਟਸ ਲਈ ਜੇ ਸਰਕਾਰ ਨਾਲ ਸਾਡੂ ਕੋਈ ਲੜਾਈ ਲੜਨੀ ਪਈ ਉਹਨਾਂ ਲਈ ਮੈਂ ਕਿਤੇ ਵੀ ਜਾ ਕੇ ਖਲੋ ਜਾਵਾਂਗੀ ਪਰ ਜਿਹੜੀ ਰਹੀ ਹੈ ਸਾਡੀ ਕਨਸਟੀਟਿਊਸ਼ਨਲ ਲੜਾਈ ਹੈ ਆਪਾਂ ਤੇ ਸਿਰਫ ਜਦੋਂ ਜਦੋਂ ਇਹੋ ਜਿਹੇ ਮੈਟਰ ਅਖਬਾਰਾਂ ਦੀ ਸ਼ਾਨ ਬੰਦੇ ਰਾਂਗੇ ਆਪਾਂ ਸੂ ਮੋਟੋ ਐਕਸ਼ਨ ਲੈ ਕੇ ਕਾਰਵਾਈ ਕਰਦੇ ਰਹਾਂਗੇ। ਪਹਿਲਾ ਪੰਜਾਬ ਛੱਡ ਕੇ ਦਿੱਲੀ ਚਲੀ ਜਾਂਦੀ ਉਹਨੂੰ ਇਨਸਾਫ ਨਹੀਂ ਮਿਲਦਾ ਤੇ ਇਹਨੂੰ ਦੇਖ ਕੇ ਕੀ ਸੀ ਤਾਂ ਮੈਡਮ ਕਹਿ ਰਹੇ ਸੀਗੇ ਕਿ ਮੈਨੂੰ ਪਰਸਨਲ ਫੋਨ ਆਇਆ ਉਹਨਾਂ ਨੇ ਕਿਹਾ ਕਿ ਕੁਝ ਬੈਨੀਫਿਟ ਤੁਸੀਂ ਚਰਨਜੀਤ ਸਿੰਘ ਚੰਨੀ ਤੋਂ ਲਿੱਤੇ ਆ ਤਾਂ ਕਰਕੇ ਤੁਸੀਂ ਮਸਲਾ ਚੁੱਕਿਆ ਪਿਛਲੇ ਇੰਟਰਵਿਊ 'ਚ ਤੁਸੀਂ ਕਿਹਾ ਸੀ ਨਿਊਜ਼ਪੇਪਰ ਦੀ ਹੈਡਲਾਈਨਸ ਬਣਿਆ ਸੀ ਜਦੋਂ ਜਦੋਂ ਇਹੋ ਜਿਹੇ ਮੈਟਰ ਨਿਊਜ਼ਪੇਪਰ ਦੀ ਹੈਡਲਾਈਨਸ ਬਣਨਗੇ ਸਾਡੇ ਕੋਲ ਇੱਕ ਪਾਵਰ ਹੈ ਸੂ ਮੋਟੋ ਲੈਣ ਦੀ। ਪੰਜਾਬ ਦੇ ਹਾਲਾਤਾਂ ਦੀ ਗੱਲ ਕਰਾਂਗੇ, ਪੰਜਾਬ ਦੇ ਹਾਲਾਤ ਕੁਛ ਠੀਕ ਹੁੰਦੇ ਦਿਖਾਈ ਨਹੀਂ ਦੇ ਰਹੇ। ਅਗਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਵੀ ਕਿਤੇ ਨਾ ਕਿਤੇ ਗਰਮਾਈ ਹੋਈ ਹੈ। ਕੈਪਟਨ ਦੇ ਖਿਲਾਫ ਜਿਹੜੇ ਜਿਹੜੇ ਮੰਤਰੀਆਂ ਨੇ ਮੋਰਚਾ ਖੋਲ੍ਹਿਆ ਸੀ ਉਹਨਾਂ ਦੀ ਮੁਸ਼ਕਿਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ, ਪਰ ਇਸ ਸਮੇਂ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ ਦੀ, ਜਿਨ੍ਹਾਂ ਦੀ ਮੁਸ਼ਕਿਲਾਂ ਥੋੜ੍ਹੀਆਂ ਜ਼ਿਆਦਾ ਵੱਧੀਆਂ ਹੋਈਆਂ ਨੇ। 2018 ਮੀਟੂ #, ਛੇੜਛਾੜ ਦਾ ਮਾਮਲਾ ਜਿਹੜਾ ਸਾਹਮਣੇ ਆਉਂਦਾ, ਉਸ ਤੋਂ ਬਾਅਦ ਉਸ ਟਾਈਮ ਤਾਂ ਕੈਪਟਨ ਸਾਹਿਬ ਕਹਿ ਦਿੰਦੇ ਨੇ ਕਿ ਉਹਨਾਂ ਨੇ ਮਾਫ਼ੀ ਮੰਗ ਲਈ ਹੈ, ਮੁੜ ਤੋਂ ਤਿੰਨ ਸਾਲ ਬਾਅਦ ਚੱਕਿਆ ਜਾਂਦਾ। ਉਸ ਤੋਂ ਬਾਅਦ ਇੱਕ ਹਫ਼ਤਾ ਪਹਿਲੇ ਵੀ ਗੱਲਬਾਤ ਕੀਤੀ ਸੀਗੀ ਅਸੀਂ ਮਹਿਲਾ ਆਯੋਗ ਦੇ ਮੁਖੀ ਨਾਲ, ਮਨੀਸ਼ਾ ਗੁਲਾਟੀ ਜੀ ਨਾਲ, ਕਹਿ ਰਹੇ ਸੀਗੇ ਕਿ ਸੋਮਵਾਰ ਨੂੰ ਭੁੱਖ ਹੜਤਾਲ 'ਤੇ ਬਹਿਣਾ, ਜਦੋਂ ਤੱਕ ਜਵਾਬ ਨਹੀਂ ਆਇਆ। ਮੈਡਮ ਜਵਾਬ ਆਇਆ ਕਿ ਨਹੀਂ ਆਇਆ? ਸਭ ਤੋਂ ਪਹਿਲਾਂ ਆ ਜਾਏਗਾ, ਫੋਨ ਆਇਆ, ਭਰੋਸਾ ਦਿੱਤਾ ਗਿਆ। ਕਿਹਦਾ ਫੋਨ ਆਇਆ ਮੈਮ ਜੀ? ਹਾਂਜੀ, ਸੀਐਮ ਸਾਹਿਬ ਦਾ, ਓਨਰੇਬਲ ਸੀਐਮ ਸਾਹਿਬ ਦਾ ਫੋਨ ਆਇਆ ਕਿ ਸਵੇਰੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਤੁਹਾਨੂੰ ਜਲਦੀ ਜਵਾਬ ਦੇ ਦਿੱਤਾ ਜਾਏਗਾ। ਸਾਹਿਬ ਨੇ ਆਪ ਗੱਲਬਾਤ ਕੀਤੀ ਹੈ ਤੁਹਾਡੇ ਨਾਲ? ਹਾਂਜੀ, ਆਪ ਹੀ ਕੀਤੀ। ਅਗਰ ਗੱਲ ਕਰੀਏ, ਸੀਐਮ ਸਾਹਿਬ ਨੇ ਅੱਜ ਤੁਹਾਨੂੰ ਫੋਨ ਕਰਤਾ, ਹਫ਼ਤਾ ਪਹਿਲਾਂ ਤਾਂ ਨਹੀਂ ਕੀਤਾ ਸੀਗਾ ਜਦੋਂ, ਕਿਉਂਕਿ ਅਗਰ ਵਿਪਕਸ਼ੀ ਪਾਰਟੀਆਂ ਦੀ ਗੱਲ ਕਰੀਏ ਤਾਂ ਕਾਫੀ ਗੱਲਾਂ ਕਹਿ ਰਹੇ ਨੇ ਕਿ ਜਦੋਂ ਤੱਕ ਕੋਈ ਕੰਪਲੇਂਟ ਨਹੀਂ ਆਈ ਤਾਂ ਮਾਮਲਾ ਕਿੱਦਾਂ ਇੱਕਦਮ ਚੱਕ ਹੋ ਗਿਆ? ਹੁਣ ਤੁਸੀਂ ਕਹਿ ਰਹੇ ਹੋ ਕਿ ਹਫ਼ਤੇ ਬਾਅਦ ਸੀਐਮ ਸਾਹਿਬ ਦਾ ਫੋਨ ਆ ਗਿਆ, ਕਿਤੇ ਨਾ ਕਿਤੇ ਪਹਿਲੇ ਵੀ ਤਾਂ ਨਹੀਂ ਆਇਆ ਸੀਗਾ ਕਿ ਸੀਐਮ ਆਫਿਸ ਤੋਂ ਫੋਨ? ਕਿਆ ਤੁਹਾਨੂੰ ਇੱਕ ਸਟੇਟ ਦੇ ਮੁੱਖ ਮੰਤਰੀ ਦਾ ਲੈਵਲ ਉਹ ਲੱਗਦਾ ਹੈ ਕਿ ਉਹ ਕਮਿਸ਼ਨ ਨੂੰ ਇਸ ਤਰ੍ਹਾਂ ਇੰਸਟਰਕਸ਼ਨਸ ਦੇਣਗੇ ਕਿ ਤੁਸੀਂ ਇਹ ਮੁੱਦਾ ਚੁੱਕੋ? ਨਾ ਕਮਿਸ਼ਨ ਇਸ ਕੈਟੇਗਰੀ 'ਚ ਆਉਂਦਾ ਕਿ ਕਿਸੇ ਇਨਫਲੂਐਂਸ 'ਚ ਆਏਗਾ, ਔਰ ਨਾ ਮੁੱਖ ਮੰਤਰੀ ਦਾ ਮੈਨੂੰ ਲੱਗਦਾ ਲੈਵਲ ਹੋਏਗਾ। ਉਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ, ਮੈਨੂੰ ਨਹੀਂ ਲੱਗਦਾ ਉਹ ਇੱਦਾਂ ਦੀ ਰਾਜਨੀਤੀ ਤਿੱਗਿਆਂ ਨਾਲ ਕਰਦੇ ਹੋਣਗੇ, ਪਰ ਉਹ ਕਮਿਸ਼ਨ ਨੂੰ ਨਹੀਂ ਹੋ ਇਸ ਤਰ੍ਹਾਂ ਜੋ ਉਹਨਾਂ ਦਾ ਆਪਣਾ ਇੱਕ ਕੱਦ ਦੇ ਉਹ ਕਮਿਸ਼ਨ ਨਾਲ ਇਨਫਲੂਐਂਸ ਨਹੀਂ ਕਰਨਗੇ। ਪਰ ਜਿਹੜੇ ਵੀ ਉਹਨਾਂ ਦੇ ਖਿਲਾਫ ਮੋਰਚਾ ਖੋਲ ਰਹੇ ਨੇ ਕਹਿ ਰਹੇ ਨੇ ਕਿ ਵਿਜੀਲੈਂਸ ਨਵਜੋਤ ਸਿੰਘ ਸਿੱਧੂ ਪਿੱਛੇ ਛੱਡਤੀ, ਪ੍ਰਗਟ ਸਿੰਘ ਨੂੰ ਤਾਂ ਇਹ ਤਾਂ ਕਹਿਤਾ ਤੇਰੀ ਫਾਈਲਾਂ ਖੋਲ ਰਹੇ ਤੈਨੂੰ ਠੋਕਣਾ, ਸੀਐਮ ਹਾਊਸ ਤੋਂ ਹੀ ਫੋਨ ਆਉਂਦਾ। ਪਰ ਜਿਹੜੇ ਪੰਜਾਬ ਦੇ ਪ੍ਰਭਾਰੀ ਨੇ, ਉਹਨਾਂ ਦੇ ਪੰਜਾਬ ਦੇ ਹੈੱਡ ਨੇ ਜਿਹੜੇ ਸੁਨੀਲ ਜਾਖੜ, ਉਹ ਪ੍ਰੈਸ ਨੋਟ 'ਚ ਕਹਿੰਦੇ ਆ ਸੀਐਮ ਹਾਊਸ ਤੋਂ ਕੋਈ ਇੱਦਾਂ ਦਾ ਫੋਨ ਨਹੀਂ ਆਇਆ। ਦੇਖੋ, ਇਹ ਰਾਜਨੀਤੀ ਹੈ, ਰਾਜਨੀਤਿਕ ਕਮੈਂਟ, ਇਹਦਾ ਕਮਿਸ਼ਨ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਮੈਂ ਇਹਦੇ ਬਾਰੇ 'ਚ ਕਿਸ ਤਰ੍ਹਾਂ ਤੁਹਾਨੂੰ ਕੁਝ ਕਹਿ ਸਕਦੇ? ਦੇਖਦੇ ਹੋ ਕਿ ਵਿਜੀਲੈਂਸ ਇੱਕਦਮ ਨਵਜੋਤ ਸਿੰਘ, ਮੇਰੇ ਨਾਲ ਕੀ ਕੰਸਰਨ ਹੈ? ਕਮਿਸ਼ਨ ਨਾਲ ਹੈ ਹੀ ਨਹੀਂ, ਉਹ ਸਰਕਾਰ ਦਾ ਇੱਕ ਪਾਰਟ ਹੈ, ਸਰਕਾਰ ਦੀ ਇੱਕ ਬੋਡੀ ਹੈ। ਸਰਕਾਰ ਦੇਖੇ, ਵਿਜੀਲੈਂਸ ਦੇਖੇ, ਪੋਲੀਟੀਕਲ ਨੁਮਾਇੰਦੇ ਦੇਖੇ, ਕਮਿਸ਼ਨ ਦਾ ਕੋਈ ਲੈਣਾ ਦੇਣਾ ਨਹੀਂ। ਜਦੋਂ ਜਦੋਂ ਇੱਦਾਂ ਹਾਈ ਪ੍ਰੋਫਾਈਲ ਇੱਕ ਜਿਹੜੇ ਪ੍ਰੋਮੀਨੈਂਟ ਲੋਕ ਨੇ, ਪਬਲਿਕ ਫਿਗਰ ਨੇ, ਮਾਸਿਸ ਨਾਲ ਜੁੜੇ ਹੋਏ ਨੇ, ਮਾਸਿਸ ਨੂੰ ਆਨਸਰੇਬਲ ਨੇ, ਅਖਬਾਰਾਂ ਦੀ ਸ਼ਾਨ ਬੰਦੇ ਰਹਿਣਗੇ, ਕਮਿਸ਼ਨ ਦੀ ਨਜ਼ਰ ਰਹੇਗੀ, ਕਮਿਸ਼ਨ ਇਨੀਸ਼ੀਏਟਿਵ ਲੈਂਦਾ ਰਹੇਗਾ। ਓਪੋਜੀਸ਼ਨ ਪਾਰਟੀਆਂ ਦੀ ਗੱਲ ਕਰ ਲਈਏ ਤਾਂ ਕਹਿ ਰਹੇ ਨੇ ਕਿ ਜਦੋਂ ਤੱਕ ਕੋਈ ਕੰਪਲੇਂਟ ਨਹੀਂ ਆਈ ਤਾਂ ਮਾਮਲਾ ਕਿੱਦਾਂ ਚੁੱਕਿਆ ਗਿਆ ਦੁਬਾਰਾ ਮੁੜ ਤੋਂ? ਅਤੇ ਤੁਸੀਂ ਕਹਿ ਰਹੇ ਸੀ ਕਿ ਅੱਜ ਭੁੱਖ ਹੜਤਾਲ 'ਤੇ ਬਹਿਣਾ, ਕੈਪਟਨ ਸਾਹਿਬ ਦਾ ਤੁਸੀਂ ਦੱਸਿਆ ਕਿ ਫੋਨ ਆਇਆ, ਕਦੋਂ ਤੱਕ ਭੁੱਖ ਹੜਤਾਲ 'ਤੇ ਬੈਠੋਗੇ? ਕੀ ਗੱਲਬਾਤ ਕੈਪਟਨ ਸਾਹਿਬ ਦੇ ਨਾਲ ਹੋਈ ਹੈ? ਕਦੋਂ ਤੱਕ ਸਿੱਟਾ ਇਹਦਾ ਨਿਕਲ ਸਕਦਾ? ਜਦੋਂ ਸਰਕਾਰ ਨੇ ਸਾਨੂੰ ਇੱਕ ਆਸਵਾਸ਼ਨ ਦਿੱਤਾ ਤੇ ਭੁੱਖ ਹੜਤਾਲ ਦਾ ਤਾਂ ਹੁਣ ਕੋਈ ਸਵਾਲ ਹੀ ਨਹੀਂ। ਰਹੀ ਭੁੱਖ ਹੜਤਾਲ ਵੀ ਰੜੀ ਜੜੀ ਧਰਨੇ ਤੇ ਬਹਿਣ ਦੀ ਗੱਲ ਕੀਤੀ ਗਈ ਸੀ ਆਪਣੀ ਔਰਤ ਕਮਿਊਨਿਟੀ ਲਈ, ਜਿਹੜਾ 50% ਵੋਟ ਹੈ ਔਰਤਾਂ ਦਾ, ਉਹਨਾਂ ਨੂੰ ਇੱਕ ਸਪੋਰਟ ਸਿਸਟਮ ਲਈ। ਉਸ ਸਪੋਰਟ ਸਿਸਟਮ ਮੇਰਾ ਹਮੇਸ਼ਾ ਉਹਨਾਂ ਨਾਲ ਕਾਇਮ ਰਹੇਗਾ ਕਿ ਉਹਨਾਂ ਨਾਲ ਉਹਨਾਂ ਦੇ ਰਾਈਟਸ ਲਈ ਜੇ ਸਰਕਾਰ ਨਾਲ ਸਾਡੂ ਕੋਈ ਲੜਾਈ ਲੜਨੀ ਪਈ ਉਹਨਾਂ ਲਈ ਮੈਂ ਕਿਤੇ ਵੀ ਜਾ ਕੇ ਖਲੋ ਜਾਵਾਂਗੀ। ਪਰ ਜਿਹੜੀ ਰਹੀ ਹੈ ਸਾਡੀ ਕਨਸਟੀਟਿਊਸ਼ਨਲ ਲੜਾਈ ਹੈ, ਆਪਾਂ ਤੇ ਸਿਰਫ ਜਦੋਂ ਜਦੋਂ ਇਹੋ ਜਿਹੇ ਮੈਟਰ ਅਖਬਾਰਾਂ ਦੀ ਸ਼ਾਨ ਬੰਦੇ ਰਾਂਗੇ, ਆਪਾਂ ਸੂ ਮੋਟੋ ਐਕਸ਼ਨ ਲੈ ਕੇ ਕਾਰਵਾਈ ਕਰਦੇ ਰਾਂਗੇ। ਇੱਕ ਤਰਫ ਤਾਂ ਤੁਸੀਂ ਕੈਪਟਨ ਸਾਹਿਬ ਨਾਲ ਗੱਲਬਾਤ ਕਰ ਰਹੇ ਹੋ, ਦੂਜੀ ਤਰਫ ਅਗਰ ਗੱਲ ਕਰੀਏ ਪ੍ਰਗਟ ਸਿੰਘ ਦੀ, ਸੁਖਜਿੰਦਰ ਰੰਧਾਵਾ ਦੀ, ਜਾਂ ਫਿਰ ਚਰਨਜੀਤ ਚੰਨੀ ਦੀ ਗੱਲ ਕਰੀਏ, ਤਾਂ ਉਹ ਆਪਣੀ ਧੜੇ ਨਾਲ ਮੀਟਿੰਗਾਂ ਕਰ ਰਹੇ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗ ਰਿਹਾ ਕਿ ਉਹਨਾਂ ਦੀ ਮੁਸ਼ਕਿਲਾਂ ਜਿਹੜੀ ਆ ਵੱਧਦੀਆਂ ਦਿਖਾਈ ਦੇ ਰਹੇ ਨੇ। ਕਹਿ ਰਹੇ ਨੇ ਕਿ ਹੁਣ ਹਾਈ ਕਮਾਨ ਤੱਕ ਉਹ ਜਾ ਸਕਦੇ ਨੇ, ਪਰ ਛੇੜਛਾੜ ਮਸਲੇ ਦੀ ਗੱਲ ਕਰਦੇ ਆ ਹੁਣ। ਆਸ਼ਵਾਸਨ ਕੀ ਆਸ਼ਵਾਸਨ ਦਿੱਤਾ ਸਭ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਆਸ਼ਵਾਸਨ ਕੈਪਟਨ ਸਾਹਿਬ ਨੇ? ਸਿਰਫ ਮੇਰੇ ਨਾਲ ਉਹਨਾਂ ਦੀ ਗੱਲ ਇੱਕ ਜਵਾਬ, ਕਿਉਂਕਿ ਕੋਵਿਡ ਦਾ ਟਾਈਮ ਸੀ, ਮੈਂ ਕਿਹਾ ਸੀ ਕਿ ਮੈਂ ਮਟਕਾ ਚੌਕ 'ਤੇ ਧਰਨੇ 'ਤੇ ਬੈਠ ਜਾਵਾਂਗੀ,
सिर्फ इस सिलसिले च आया कि तुहानू जल्द जवाब सरकार द्वारा टू द पॉइंट उन्होंने गल की कि जवाब तुहानू भेज दिता जाएगा, बस दैट्स इट। और मैनू यह पोलिटिकल कॉमेंट्स नाल कि कौन किते जा रहे हैं, कोई 3 साल हो गए ने, कदों तक भेज दिता जाएगा, 3 साल बाद होए, 3 महीने बाद, कमीशन नू कोई लेना देना नहीं। एखो जे मैटर अखबारा दी शान बनते रहेंगे, कमीशन इनिशिएटिव लैंदा लगदा नहीं मैडम इंसाफ दिलवाण च, क्योंकि महिला आयोग तुसीं कई, अगर एक बड़ा हाई प्रोफाइल मसला सीगा तो आम लोगों के भी कई मसले होंगे, तो फिर लोग देख के कहते कि इतना लेट हो गया, कितना कितने लगता नहीं कि काफ़ी देरी हो चुकी है। तुसी की देख के दिन दे कि साडे जड़े देश दा जड़ा कानून है, जड़े सारा जुडिशियल सिस्टम है, वो कमजोर है या खोखला है, या सीनियर एडवोकेट ने, या जड़े मजिस्ट्रेट ने, या जड़े कमीशन ने, या जड़ी महिला, एक महिला पंजाब छड़ के दिल्ली चली जाती है, उन्हें इंसाफ नहीं मिलता, तो इनू 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 देख के कि महिला की गल नहीं कर रही, एक राइट की गल कर रहे, एक पब्लिक फिगर नो लेके मासिस नाल पंजाब दे जुड़िया होया सी, और कमीशन ने अपना राइट यूज करते हुए सू मोटो एक्शन लिता है। मैडम हमेशा तो ही है कुछ मामले आते नजर रहती है और रहेगी। पर तुसी तो मैडम कह रहे थे कि मैनू पर्सनल फोन आया, उन्होंने कहा कि कुछ बेनिफिट तुसी चरणजीत सिंह चन्नी तो लिते हैं, ता करके तुसी मसला चुके पिछले इंटरव्यू च तुसी क्या सी, मेरी उस पर्सनैलिटी नाल गल नहीं हुई, उन्हां दे कुलीग्स से गल कीती सी, आज भी मैं कायम हां उन्दे, तुसी क्या सी कि मैनू हुण एदा दा कहया ता मैं हूँ दुबा मुड़ तो चक्के है, तो अच्छ कैप्टन साहब नाल गल होगी, फिर ठंडे बस्ते च चला गया मामला। किस तरह चला गया ठंडे बस्ते च, किन्ने तुहानू किया ठंडे बस्ते पहले भी, जदों 3 साल पहला कैप्टन साहब ने कहा सीगा कि चरणजीत सिंह चन्नी ने माफी मांग ली है, उस तो 3 साल पहला, फिर 3 साल बाद बिना शिकायत तो चक्के जांदा, फिर कैप्टन साहब नो शायद तुहानू शायद राइट नहीं पता, न्यूज़पेपर दी हेडलाइंस बनया सी, जदों जदों इहो जे मैटर न्यूज़पेपर दी हेडलाइंस बनणगे, साडे कोल इक पावर है सू मोटो लैण दी, सू मोटो लैन दी, आपां सू मोटो जदों जदों बनणगे आपां उदों उदों सू मोटो एक्शन लैके सरकार तो सिर्फ जवाब दे ही मंगी है, आपां किसी प्रोमिनेंट फिगर नूं नहीं बुलाया, सरकार तो जवाब दे। मैनूं लगदा कि कदों तक इंसाफ मिल जूगा, सीएम साहब किन्ने टाइम तक, कुछ टाइम पीरियड नहीं दस्सिया, इह ते हुण अपने कोलों कही जाइए अज हुणे आ जाएगा, घंटे बाद आ जाएगा, अगर सरकार कह रही है तो जवाब दे, हफ्ता महीना दो आ जाएगा, उम्मीद है शाम तक आ जाए या कल आ जाए, जरूर जवाब आ जाएगा। तो लगातार गलबात करन दी कोशिश कीती है, क्योंकि जिहड़े जिहड़े मंत्री कैप्टन के खिलाफ मोर्चा खोल रहे हैं उन्होंने लगातार मुश्किल बदी दिखाई दे रही ने, उन्होंने एक चरणजीत सिंह चन्नी ने उन्होंने मुश्किल जड़िया ने ज़्यादा बद चुकी ने, इस समय भी जी मीटिंग है अपने कांग्रेस सरकार के नुमाइंदे ने जोड़े तड़ा उन्होंने बनया होया, जेड़े जेड़े कैप्टन के खिलाफ मोर्चा खोल रहे हैं, चाहे वह प्रगट सिंह हो, चरणजीत सिंह चन्नी हो, सुखजिंदर रंधावा हो, उन्होंने मीटिंग जड़िया ने चल रही ने, कह रहे हैं कि जल्द ही दिल्ली हाईकमान जा सकते हैं मिलन दिल्ली हाईकमान, तो कितना कितने अगर गल करिए छेड़छाड़ का मसला 2018 के सामने आता, उस तो बाद सीएम कैप्टन भी कहते हैं कि मंत्री ने माफ़ी मांग ली है, फिर 3 साल बाद मुड़ तो चक्या जाता है, तो गलबात की महिला आयोग के मुखी साढ़े मनीषा गुलाटी सके, तो कह रहे थे कि सोमवार तो भुख हड़ताल से बैठ गए, तो अज सीएम साहब का फोन आ चुके हैं, कह रहे हैं कि जल्द ही जवाब इन्हों दिता जाएगा, प्रोपर पॉइंट टू पॉइंट जी रिपोर्ट है इन्हों को पहुँचाई जाएगी। वीडियो जर्नलिस्ट आकाश के नाल जैवर मसन जी भी चंडीगढ़। Please subscribe our channel and press the bell icon ताकि कोई भी नवी अपडेट तुसे बिल्कुल भी मिस ना करो।